ਪਟਿਆਲਾ ਦੇ ਰਹਿਣ ਵਾਲੇ ਗਨਮੈਨ ਗਰਗ ਨੇ ਨੀਟ ਦੀ ਪ੍ਰੀਖਿਆ ਦੇ ਵਿੱਚ ਆਲ ਇੰਡੀਆ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਅਧਿਆਪਕਾਂ ਨੇ ਢੋਲ ਵਜਾ ਕੇ ਅਤੇ ਲੱਡੂ ਖਿਲਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਦੱਸ ਦਿੰਦੇ ਹਾਂ ਕਿ ਗਨਮੈਨ ਗਰਗ ਦੇ ਮਾਤਾ ਪਿਤਾ ਜਿਹੜੇ ਨੇ ਉਹ ਖੁਦ ਵੀ ਡਾਕਟਰ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹਮੇਸ਼ਾ ਹੀ ਆਪਣੇ ਪੁੱਤਰ ਨੂੰ ਪੜ੍ਹਾਈ ਲਈ ਪ੍ਰੇਰਿਤ ਕੀਤਾ ਹੈ ਅਤੇ ਅੱਜ ਉਹ ਇਸ ਮੁਕਾਮ 'ਤੇ ਉੱਪਰ ਪਹੁੰਚਿਆ ਹੈ। ਉੱਥੇ ਹੀ ਉਹਨਾਂ ਦੇ ਅਧਿਆਪਕ ਅਤੇ ਪਰਿਵਾਰ ਦਾ ਸਹਿਯੋਗ ਜਿਹੜਾ ਗਨਮੈਨ ਗਰਗ ਨੂੰ ਜਿਹੜਾ ਮਿਲਿਆ ਅਤੇ ਅੱਜ ਜਿੱਥੇ ਦੇਸ਼ ਦਾ ਪਹਿਲਾ ਸਥਾਨ ਗਨਮੈਨ ਗਰਗ ਨੇ ਹਾਸਲ ਕੀਤਾ ਹੈ। ਜੀ, ਮੇਰਾ ਨਾਮ ਗਨਮੈਨ ਗਰਗ ਹੈ। ਬਹੁਤ ਚੰਗੀ ਫੀਲਿੰਗ ਆ ਰਹੀ ਹੈ, ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਹੈ। ਜਿਹੜੀ ਵੀ ਮਿਹਨਤ ਸੀ, ਜਿਹੜੀ ਵੀ ਮਿਹਨਤ ਕੀਤੀ ਸੀ, ਸਾਰਾ ਦਾ ਅੱਜ ਫਸਲ ਮਿਲੀ ਹੈ, ਸਾਨੂੰ ਬਹੁਤ ਚੰਗਾ ਫਲ ਮਿਲਿਆ ਅਤੇ ਬੜੀ ਅੱਛੀ ਫੀਲਿੰਗ ਆ ਰਹੀ ਅੰਦਰੋਂ। ਜ਼ਾਇਆ ਨਹੀਂ ਕਰ ਸਕਦਾ ਮੈਂ ਇਸ ਫੀਲਿੰਗ ਨੂੰ ਸ਼ਬਦਾਂ ਦੇ ਵਿੱਚ, ਬਟ ਬਹੁਤ ਚੰਗਾ ਲੱਗ ਰਿਹਾ ਹੈ। ਸਰ, ਮਿਹਨਤ ਪੂਰੀ ਕਰਨੀ ਪੈਂਦੀ ਹੈ, ਕੋਈ ਵੀ ਕੰਮ ਕਰਨ ਲਈ ਪੂਰੀ ਮਿਹਨਤ ਕਰੋਗੇ ਤਾਂ ਸਭ ਤੋਂ ਵਧੀਆ ਫਲ ਮਿਲੂਗਾ। ਪੂਰੀ ਮਿਹਨਤ ਪੂਰੀ ਕੀਤੀ ਹੈ ਅਤੇ ਉਹੀ ਕਹਿ ਰਹੇ, ਜਿਵੇਂ ਜਦੋਂ ਦੀ ਮਿਹਨਤ ਕੀਤੀ ਹੈ, ਜਦੋਂ ਉਹਦਾ ਫਲ ਇਹੋ ਜਿਹਾ ਮਿਲੇ, ਪਹਿਲਾ ਰੈਂਕ ਆ ਜਾਵੇ ਕਿਸੇ ਵੀ ਪੇਪਰ 'ਚ, ਕਿਸੇ ਵੀ ਚੀਜ਼ 'ਚ, ਤਾਂ ਜਿਹੜੀ ਖੁਸ਼ੀ ਹੈ ਉਹ ਬਸ ਦੱਸੀ ਜਾਂਦੀ, ਉਹ ਬਸ ਮਹਿਸੂਸ ਕੀਤੀ ਜਾਂਦੀ ਹੈ। ਸ਼ਡਿਊਲ ਬਸ ਇਹੀ ਸੀਗਾ ਕਿ ਰੋਜ਼ ਦਾ ਕੰਮ ਰੋਜ਼ ਖਤਮ ਕਰਨਾ ਮੈਂ, ਚਾਹੇ ਉਹਦੇ ਲਈ ਕੰਮ ਟਾਈਮ ਲਵੇ, ਜ਼ਿਆਦਾ ਟਾਈਮ ਲਾਉਣਾ ਪਵੇ, ਰੋਜ਼ ਦਾ ਕੰਮ ਰੋਜ਼ ਖਤਮ ਕੀਤਾ ਮੈਂ। ਅਤੇ ਮੇਰੇ ਹਿਸਾਬ ਨਾਲ ਸਭ ਤੋਂ ਵਧੀਆ, ਮਤਲਬ ਸਭ ਤੋਂ ਇੰਪੋਰਟੈਂਟ ਚੀਜ਼ ਇਹੀ ਹੈਗੀ ਹੈ, ਕਲਾਸਾਂ ਸਾਰੀਆਂ ਲਾਉਣੀ, ਟੈਸਟ ਸਾਰੇ ਦੇਣੇ ਅਤੇ ਕੰਮ ਦਾ ਰੋਜ਼ ਖਤਮ ਕਰੋ, ਤਾਂ ਹੀ ਤੁਸੀਂ ਸੌਖੇ ਰਹੋਗੇ। ਇਹਦੇ 'ਚ ਫਿਰ ਤੋਂ ਉਹੀ ਪ੍ਰਾਇਓਰਟੀ ਰਹੇਗੀ, ਜਿੱਦਾਂ ਅੱਜ ਤੱਕ ਕਰਦੇ ਹਾਂ ਉੱਦਾਂ ਹੀ ਮਿਹਨਤ ਕਰਨੀ, ਅੱਗੇ ਵੀ ਕੋਂਸਟੈਂਟਲੀ ਕੰਮ ਕਰਦੇ ਰਹਿਣਾ, ਤਾਂ ਕਿ ਇੱਕ ਚੰਗੇ ਡਾਕਟਰ ਬਣ ਸਕੀਏ ਅਤੇ ਦੇਸ਼ ਦੀ ਸੇਵਾ ਵੀ ਕਰ ਸਕੀਏ। ਮੈਂ ਅੱਗੇ ਫੀਲਡ ਜਿਹੜੀ ਮੈਂ ਜਾਣਾ ਚਾਹੁੰਦਾ, ਹਜੇ ਉਹ ਨਿਊਕਲੀਅਰ ਮੈਡੀਸਿਨ ਫੀਲਡ 'ਚ ਜਾਣਾ ਚਾਹੁੰਦਾ, ਬਾਕੀ ਤਾਂ ਜਿਵੇਂ ਰੱਬ ਨੇ ਇਹ ਦਿੱਤਾ ਉਹੀ। ਬੜੀ ਗ੍ਰੇਟ ਫੀਲਿੰਗ ਮਹਿਸੂਸ ਹੋ ਰਹੀ ਹੈ ਜੀ। ਪਹਿਲਾਂ ਤਾਂ ਕਲਾਸ 'ਚ ਆਉਣੀ ਬਹੁਤ ਬੜੀ ਗੱਲ ਹੈ, ਪੂਰੇ ਇੰਡੀਆ ਜਾਣਾ ਤਾਂ ਇੱਕ ਬਹੁਤ ਹੀ ਆਊਟਸਟੈਂਡਿੰਗ ਅਚੀਵਮੈਂਟ ਹੈ। ਅਤੇ ਸਾਰੇ ਮੇਰੇ ਪਰਿਵਾਰ 'ਚੋਂ, ਸਾਡਾ ਬੜਾ ਅੱਛਾ ਪਰਿਵਾਰ ਹੈਗਾ, ਡਾਕਟਰਸ ਹੈਗੇ, ਇੰਜੀਨੀਅਰਸ ਹੈਗੇ ਹੈ, ਕਾਫੀ ਕੁਆਲੀਫਾਈਡ ਗਵਰਨਮੈਂਟ ਆਫਿਸ਼ੀਅਲਸ ਵੀ ਹੈਗੇ, ਪਰ ਪਹਿਲਾ ਰੈਂਕ ਕਦੇ ਕਿਸੇ ਦਾ ਕਿਸੇ ਫੀਲਡ ਵਿੱਚ ਨਹੀਂ ਆਇਆ। ਅਤੇ ਐਜ਼ ਅ ਫਾਦਰ ਮੈਨੂੰ ਇੱਕ ਬਹੁਤ ਹੀ ਪ੍ਰਾਊਡ ਫੀਲਿੰਗ ਮਹਿਸੂਸ ਹੋ ਰਿਹਾ ਕਿ ਮੇਰਾ ਬੱਚਾ ਪੂਰੇ ਇੰਡੀਆ ਵਿੱਚ ਇੰਨੇ ਪ੍ਰੀਸ਼ੀਅਸ ਐਗਜ਼ਾਮ ਵਿੱਚ ਫਸਟ ਆਇਆ ਹੈਗਾ। ਅਤੇ ਮੇਰੇ ਕੋਲ ਸ਼ਬਦ ਨਹੀਂ ਹੈਗੇ ਬਿਆਨ ਕਰਨ ਲਈ ਕਿ ਕਿੰਨਾ ਮੈਂ ਦਿਲੋਂ ਖੁਸ਼ ਹਾਂ। ਪਟਿਆਲਾ ਦੇ ਰਹਿਣ ਵਾਲੇ ਗਨਮੈਨ ਗਰਗ ਨੇ ਨੀਟ ਦੀ ਪ੍ਰੀਖਿਆ ਦੇ ਵਿੱਚ ਆਲ ਇੰਡੀਆ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਅਧਿਆਪਕਾਂ ਨੇ ਢੋਲ ਵਜਾ ਕੇ ਅਤੇ ਲੱਡੂ ਖਿਲਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਦੱਸ ਦਿੰਦੇ ਹਾਂ ਕਿ ਗਨਮੈਨ ਗਰਗ ਦੇ ਮਾਤਾ ਪਿਤਾ ਜਿਹੜੇ ਨੇ ਉਹ ਖੁਦ ਵੀ ਡਾਕਟਰ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹਮੇਸ਼ਾ ਹੀ ਆਪਣੇ ਪੁੱਤਰ ਨੂੰ ਪੜ੍ਹਾਈ ਲਈ ਪ੍ਰੇਰਿਤ ਕੀਤਾ ਅਤੇ ਅੱਜ ਉਹ ਇਸ ਮੁਕਾਮ 'ਤੇ ਉੱਪਰ ਪਹੁੰਚਿਆ ਹੈ। ਉੱਥੇ ਹੀ ਉਹਨਾਂ ਦੇ ਅਧਿਆਪਕ ਅਤੇ ਪਰਿਵਾਰ ਦਾ ਸਹਿਯੋਗ ਜਿਹੜਾ ਗਨਮੈਨ ਗਰਗ ਨੂੰ ਜਿਹੜਾ ਮਿਲਿਆ ਅਤੇ ਅੱਜ ਜਿੱਥੇ ਦੇਸ਼ ਦਾ ਪਹਿਲਾ ਸਥਾਨ ਗਨਮੈਨ ਗਰਗ ਨੇ ਹਾਸਲ ਕੀਤਾ। ਜੀ, ਮੇਰਾ ਨਾਮ ਗਨਮੈਨ ਗਰਗ ਹੈ। ਬਹੁਤ ਚੰਗੀ ਫੀਲਿੰਗ ਆ ਰਹੀ ਹੈ, ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਹੈ। ਜਿਹੜੀ ਵੀ ਮਿਹਨਤ ਸੀ, ਜਿਹੜੀ ਵੀ ਮਿਹਨਤ ਕੀਤੀ ਸੀ, ਸਾਰਾ ਦਾ ਅੱਜ ਫਸਲ ਮਿਲੀ ਹੈ, ਸਾਨੂੰ ਬਹੁਤ ਚੰਗਾ ਫਲ ਮਿਲਿਆ ਹੈ। ਅਤੇ ਬੜੀ ਅੱਛੀ ਫੀਲਿੰਗ ਆ ਰਹੀ ਅੰਦਰੋਂ, ਜ਼ਾਇਆ ਨਹੀਂ ਕਰ ਸਕਦਾ ਮੈਂ ਇਸ ਫੀਲਿੰਗ ਨੂੰ ਸ਼ਬਦਾਂ ਦੇ ਵਿੱਚ, ਬਟ ਬਹੁਤ ਚੰਗਾ ਲੱਗ ਰਿਹਾ ਹੈ। ਸਰ, ਮਿਹਨਤ ਪੂਰੀ ਕਰਨੀ ਪੈਂਦੀ ਹੈ, ਕੋਈ ਵੀ ਕੰਮ ਕਰਨ ਲਈ ਪੂਰੀ ਮਿਹਨਤ ਕਰੋਗੇ ਤਾਂ ਸਭ ਤੋਂ ਵਧੀਆ ਫਲ ਮਿਲੂਗਾ। ਪੂਰੀ ਮਿਹਨਤ ਪੂਰੀ ਕੀਤੀ ਹੈ ਅਤੇ ਉਹੀ ਕਹਿ ਰਹੇ, ਜਿਵੇਂ ਜਦੋਂ ਦੀ ਮਿਹਨਤ ਕੀਤੀ ਹੈ, ਜਦੋਂ ਉਹਦਾ ਫਲ ਇਹੋ ਜਿਹਾ ਮਿਲੇ, ਪਹਿਲਾ ਰੈਂਕ ਆ ਜਾਵੇ ਕਿਸੇ ਵੀ ਪੇਪਰ 'ਚ, ਕਿਸੇ ਵੀ ਚੀਜ਼ 'ਚ, ਤਾਂ ਜਿਹੜੀ ਖੁਸ਼ੀ ਹੈ ਉਹ ਬਸ ਦੱਸੀ ਜਾਂਦੀ, ਉਹ ਬਸ ਮਹਿਸੂਸ ਕੀਤੀ ਜਾਂਦੀ ਹੈ। ਸ਼ਡਿਊਲ ਬਸ ਇਹੀ ਸੀਗਾ ਕਿ ਰੋਜ਼ ਦਾ ਕੰਮ ਰੋਜ਼ ਖਤਮ ਕਰਨਾ ਮੈਂ, ਚਾਹੇ ਉਹਦੇ ਲਈ ਕੰਮ ਟਾਈਮ ਲਵੇ, ਜ਼ਿਆਦਾ ਟਾਈਮ ਲਾਉਣਾ ਪਵੇ, ਰੋਜ਼ ਦਾ ਕੰਮ ਰੋਜ਼ ਖਤਮ ਕੀਤਾ ਮੈਂ।
ਅਤੇ ਮੇਰੇ ਨਾਲ ਮੇਰੇ ਹਿਸਾਬ ਨਾਲ ਸਭ ਤੋਂ ਵਧੀਆ ਮਤਲਬ ਸਭ ਤੋਂ ਇੰਪੋਰਟੈਂਟ ਚੀਜ਼ ਇਹੀ ਹੈਗੀ ਹੈ, ਕਲਾਸਾਂ ਸਾਰੀਆਂ ਲਾਉਣੀ, ਟੈਸਟ ਸਾਰੇ ਦੇਣੇ ਅਤੇ ਕੰਮ ਦਾ ਰੋਜ਼ ਖਤਮ ਕਰੋ, ਤਾਂ ਹੀ ਤੁਸੀਂ ਸੌਖੇ ਰਹੋਗੇ। ਇਹਦੇ ਵਿੱਚ ਫਿਰ ਤੋਂ ਉਹੀ ਪ੍ਰਾਇਓਰਟੀ ਰਹੇਗੀ ਜਿੱਦਾਂ ਅੱਜ ਤੱਕ ਕਰਦੇ ਹਾਂ, ਉੱਦਾਂ ਹੀ ਮਿਹਨਤ ਕਰਨੀ ਹੈ ਅੱਗੇ ਵੀ, ਕੋਂਸਟੈਂਟਲੀ ਕੰਮ ਕਰਦੇ ਰਹਿਣਾ ਤਾਂ ਕਿ ਇੱਕ ਚੰਗੇ ਡਾਕਟਰ ਬਣ ਸਕੀਏ ਅਤੇ ਦੇਸ਼ ਦੀ ਸੇਵਾ ਵੀ ਕਰ ਸਕੀਏ। ਮੈਂ ਅੱਗੇ ਫੀਲਡ ਜਿਹੜੀ ਮੈਂ ਜਾਣਾ ਚਾਹੁੰਦਾ ਹਜੇ ਉਹ ਨਿਊਕਲੀਅਰ ਮੈਡੀਸਨ ਫੀਲਡ 'ਚ ਜਾਣਾ ਚਾਹੁੰਦਾ, ਬਾਕੀ ਤਾਂ ਜਿਵੇਂ ਰੱਬ ਨੇ ਇਹ ਦਿਲਾ ਦਿੱਤਾ ਉਹੀ। ਬੜੀ ਗ੍ਰੇਟ ਫੀਲਿੰਗ ਮਹਿਸੂਸ ਹੋ ਰਹੀ ਹੈ ਜੀ। ਪਹਿਲਾਂ ਤਾਂ ਕਲਾਸ 'ਚ ਆਉਣੀ ਬਹੁਤ ਬੜੀ ਗੱਲ ਹੈ, ਪੂਰੇ ਇੰਡੀਆ ਜਾਣਾ ਤਾਂ ਇੱਕ ਬਹੁਤ ਹੀ ਆਊਟਸਟੈਂਡਿੰਗ ਅਚੀਵਮੈਂਟ ਹੈ। ਅਤੇ ਸਾਰੇ ਮੇਰੇ ਪਰਿਵਾਰ 'ਚੋਂ, ਸਾਡਾ ਬੜਾ ਅੱਛਾ ਪਰਿਵਾਰ ਹੈਗਾ, ਡਾਕਟਰਸ ਹੈਗੇ, ਇੰਜੀਨੀਅਰਸ ਹੈਗੇ ਹੈ, ਕਾਫੀ ਕੁਆਲੀਫਾਈਡ ਗਵਰਨਮੈਂਟ ਆਫਿਸ਼ੀਅਲਸ ਵੀ ਹੈਗੇ, ਪਰ ਪਹਿਲਾ ਰੈਂਕ ਕਦੇ ਕਿਸੇ ਦਾ ਕਿਸੇ ਫੀਲਡ ਵਿੱਚ ਨਹੀਂ ਆਇਆ। ਅਤੇ ਐਜ਼ ਅ ਫਾਦਰ ਮੈਨੂੰ ਇੱਕ ਬਹੁਤ ਹੀ ਪ੍ਰਾਊਡ ਫੀਲਿੰਗ ਮਹਿਸੂਸ ਹੋ ਰਿਹਾ ਕਿ ਮੇਰਾ ਬੱਚਾ ਪੂਰੇ ਇੰਡੀਆ ਵਿੱਚ ਇੰਨੇ ਪ੍ਰੀਸਟੀਅਸ ਐਗਜ਼ਾਮ ਵਿੱਚ ਫਸਟ ਆਇਆ ਹੈਗਾ। ਅਤੇ ਮੇਰੇ ਕੋਲ ਸ਼ਬਦ ਨਹੀਂ ਹੈਗੇ ਬਿਆਨ ਕਰਨ ਲਈ ਕਿੰਨਾ ਮੈਂ ਦਿਲੋਂ ਖੁਸ਼ ਹਾਂ।